ਸ਼ਾਮ ਦਾ ਵੇਲਾ ਹੈ ਜੀ। ਅੱਜ ਸਵੇਰੇ ਜਿੱਦਾਂ ਤੁਸੀਂ ਦੇਖਿਆ ਹੀ ਹੈ, ਅਸੀਂ ਲੁਧਿਆਣੇ ਕੀਰਤਨ 'ਤੇ ਸੀਗੇ ਅਤੇ ਦੁਪਹਿਰੋਂ ਫਿਰ ਉੱਥੋਂ ਵਾਪਸ ਆਏ, ਫਿਰ ਥੋੜ੍ਹਾ ਘਰ ਰੈਸਟ ਕੀਤਾ ਅਤੇ ਹੁਣ ਸ਼ਾਮ ਦਾ ਵੇਲਾ ਹੈ ਅਤੇ ਅਸੀਂ ਚੱਲੇ ਹਾਂ। ਹੁਸ਼ਿਆਰਪੁਰ ਕੀਰਤਨ ਹੈ ਅੱਜ ਰਾਤ ਦਾ ਅਤੇ ਹੁਣ ਜਾ ਰਹੇ ਹਾਂ ਅਤੇ ਹੁਸ਼ਿਆਰਪੁਰ ਕੀਰਤਨ ਕਰਕੇ ਅਸੀਂ ਰਾਤੋਂ ਰਾਤ ਪਹੁੰਚਣਾ ਹੈ ਦਿੱਲੀ ਅਤੇ ਕੱਲ੍ਹ ਦਿੱਲੀ ਸਵੇਰੇ ਫਿਰ ਆਨੰਦ ਕਾਰਜ ਨੇ ਜੀ। ਉਸ ਤੋਂ ਬਾਅਦ ਆਨੰਦ ਕਾਰਜ ਕਰਕੇ ਦਿੱਲੀ ਤੋਂ ਫਿਰ ਸ਼ਾਮ ਤੱਕ ਪਹੁੰਚਾਂਗੇ ਜਲੰਧਰ ਜੀ। ਆਓ ਫਿਰ ਚੱਲੀਏ ਜੀ, ਅੱਜ ਤੁਹਾਨੂੰ ਫਿਰ ਲੈ ਚੱਲੀਏ। ਅੱਜ ਆਪਣੇ ਨਾਲ ਅਮਰਜੀਤ ਭਾਅ ਜੀ। ਹਾਂ, ਅੱਜ ਥੋੜ੍ਹਾ ਜਿਹਾ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਸੀਗੀ ਆ, ਸੋ ਤਾਂ ਕਰਕੇ ਅਸੀਂ ਸਾਡੇ ਭਾਅ ਜੀ ਅਮਰਜੀਤ ਭਾਅ ਜੀ ਡਰਾਈਵਰ ਭਾਅ ਜੀ ਜਿਹੜੇ ਬਹੁਤ ਅੱਛੀ ਡਰਾਈਵਿੰਗ ਕਰਦੇ ਆ, ਨੀਂਦ ਬਹੁਤ ਘੈਂਟ ਆਉਂਦੀ ਵੈਸੇ ਤਾਂ ਮੈਨੂੰ ਉੱਦਾਂ ਵੀ ਬਹੁਤ ਆ ਜਾਂਦੀ ਨੀਂਦ, ਹੁਣ ਹੋਰ ਗੂੜੀ ਆਊਗੀ। ਅਤੇ ਭਾਈ ਸਾਹਿਬ ਬਾਣੀ ਪੜ੍ਹ ਰਹੇ ਨੇ ਆ, ਆਨੰਦ ਲੈ ਰਹੇ ਨੇ ਅਤੇ ਆਓ ਜੀ ਜੀ ਚੱਲੀਏ ਫਿਰ। ਕੀਰਤਨ ਕਰਦੀ ਹੈ ਅਤੇ ਕੁਛ ਪਿਆਰ ਨਾਲ ਲੈ ਕੇ ਆਏ ਨੇ। ਮੈਗਜ਼ੀਨ ਹੋਲਡਰ ਪਲੱਸ ਫੋਨ ਸਟੈਂਡ। ਅੱਛਾ 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 ਜੀ, ਵਾਹ ਜੀ ਵਾਹ। ਇਹ ਹੋਮ ਮੇਡ ਆ। ਅੱਛਾ ਜੀ, ਔਰ ਹੈਂਡ ਮੇਡ ਬਾਈ ਸਿਮਰਨਜੀਤ ਕੌਰ। ਕੀ ਬਾਤ ਹੈ ਜੀ। ਅੱਛਾ, ਵਾਹ ਜੀ ਵਾਹ, ਬਹੁਤ ਸੋਹਣਾ, ਬਹੁਤ ਪਿਆਰਾ। ਥੋੜ੍ਹਾ ਹਨੇਰਾ ਹੈਗਾ, ਅਰੇ ਇਹਨੂੰ ਫਿਰ ਦੁਬਾਰਾ ਦਿਖਾ ਦਿਆਂਗੇ। ਧੰਨਵਾਦ। ਕੀਰਤਨ ਦੀ ਸਮਾਪਤੀ ਹੋ ਗਈ ਹੈ ਜੀ, ਅਤੇ ਅਸੀਂ ਚੱਲਣਾ ਸੀਗਾ। ਕੀਰਤਨ ਦੀ ਸਮਾਪਤੀ ਹੋ ਗਈ ਹੈ ਅਤੇ ਅਸੀਂ ਚੱਲੇ ਹਾਂ ਜੀ ਹੁਣ ਦਿੱਲੀ ਨੂੰ, ਕਿਉਂਕਿ ਸਵੇਰੇ ਆਨੰਦ ਕਾਰਜ ਹੈ, ਰਾਤੋਂ ਰਾਤ ਆਪਾਂ ਪਹੁੰਚ ਜਾਣਾ। ਸਵੇਰੇ ਪਹੁੰਚ ਕੇ ਥੋੜ੍ਹਾ ਜਿਹਾ ਉੱਥੇ ਰੈਸਟ ਕਰਾਂਗੇ ਅਤੇ ਬਾਕੀ ਅਪਡੇਟਾਂ ਤੁਹਾਨੂੰ ਦਿੰਦੇ ਜਾਣਾ ਆਪਾਂ। ਫਿਲਹਾਲ ਕੁਛ ਦਿਖਾਉਣ ਲਈ ਕੁਛ ਨਹੀਂ ਹੈ, ਤੁਸੀਂ ਵੇਖੋ ਅਜੇ ਪਿੰਡ ਦੇ ਵਿੱਚੋਂ ਲੰਘ ਰਹੇ ਹਾਂ ਅਤੇ ਹਨੇਰਾ ਹੀ ਹੈ, ਹਨੇਰਾ ਕੀ ਦਿਖਾਈਏ ਤੁਹਾਨੂੰ। ਚਲੋ ਚੱਲੀਏ ਫਿਰ। ਲਓ ਜੀ, ਪੌਣੇ 12 ਹੋ ਗਏ ਹੈ ਅਤੇ ਕੁਛ ਛੱਕ ਲਈਏ ਅਤੇ ਭੁੱਖ ਲੱਗ ਗਈ ਹੈ, ਇਸ ਤੋਂ ਬਾਅਦ ਸੌਵਾਂਗੇ। ਠੀਕ ਹੈ ਭਾਅ ਜੀ, ਭਾਅ ਜੀ ਨੇ ਸਵਾਦ ਲਾ ਸਾਨੂੰ, ਅੱਗੇ ਅਸੀਂ ਘੱਟ ਸੌਂਦੇ ਹੁੰਦੇ ਹਾਂ, ਅੱਜ ਸੌਵਾਂਗੇ। ਵਾਹ ਵਾਹ, ਭੁੱਖ ਬੜੀ ਲੱਗੀ ਸੀ, ਕਮਾਲ ਲੱਗ ਰਿਹਾ। ਓਹੋ, ਇਹ ਬਾਤ ਬਈ, ਦਾਲ ਰੋਟੀ ਇੰਨੀ ਸਵਾਦ ਸੀਗੀ ਕਿ ਕੀ ਦੱਸੀਏ ਤੁਹਾਨੂੰ। ਹਜੇ ਵੀ ਜੀ ਕਰ ਰਿਹਾ, ਢਿੱਡ ਭਰ ਗਿਆ, ਫਿਰ ਵੀ ਜੀ ਕਰ ਰਿਹਾ ਦਾਲ ਖਾਣ। ਮੈਂ ਕਹਿੰਦਾ ਵੀ ਯਾਰ ਜੇ ਰੋਟੀ ਖਾਣੀ ਆ ਨਾ ਤੇ ਦੇਸੀ ਢਾਬਿਆਂ ਤੋਂ ਖਾਓ। ਦੇਸੀ ਢਾਬੇ ਤੋਂ ਜੇ ਦਾਲ ਦਾ ਸਵਾਦ ਲੈਣਾ ਅਸਲੀ। ਹਾਂ, ਨਾਲੇ ਦੇਸੀ ਢਾਬੇ ਵੀ ਪ੍ਰਮੋਟ ਕਰਨੇ ਚਾਹੀਦੇ ਆ। ਵੱਡੇ ਵੱਡੇ ਢਾਬੇ ਤਾਂ ਆਪਾਂ ਬਹੁਤ ਦੇਖਦੇ ਹਾਂ, ਚਲੋ ਉੱਥੇ ਵੀ ਖਾਈਦੀ ਹੈ, ਪਰ ਗੱਲ ਇਹ ਆ ਵੀ ਜੇ ਸਵਾਦ ਲੈਣਾ ਨਾ ਦਾਲ ਦਾ, ਦਾਲ ਦਾ ਸਹੀ ਗੱਲ ਹੈ, ਤੇ ਦੇਸੀ ਢਾਬਿਆਂ ਤੋਂ ਖਾਓ। ਓਹੋ, ਕੀ ਬਾਤ ਸੀ, ਹੈਂਡ ਬਾਜੀ ਯਾਰ, ਇੱਦਾਂ ਦੀ ਨਹੀਂ ਦਾਲ ਖਾਧੀ। ਚਲੀਏ ਜੀ ਭਾਅ ਜੀ, ਗੇੜਾ ਲਾ ਲਈਏ ਯਾਰ, ਇੱਕ ਗੇੜਾ ਲਾ ਲੈਂਦੇ ਹਾਂ, ਇੱਕ ਇੱਧਰੋਂ ਗੇੜਾ ਲਾ, ਗੱਡੀ ਚਲਾ ਲਾ ਇੱਥੋਂ, ਚੱਕ ਅੰਦਰ ਨਾ ਲਾ ਲੈ ਕਿਤੇ ਜਲਦੀ ਨਾਲ। ਹਾਂ ਜੀ, ਗੱਡੀ ਚਲਾ ਲੈ ਸਮਾਨ, ਕਾਫੀ ਰੱਖ ਕੇ ਥੋੜ੍ਹਾ ਜਿਹਾ ਪਾਣੀ ਪੂਣੀ ਲੈ ਲਿਆ ਅਸੀਂ। ਓ ਚਲੋ ਜੀ, ਵਾਹਿਗੁਰੂ। ਚਲੋ ਸਿੱਧਾ ਦਿੱਲੀ ਮਿਲਦੇ ਹਾਂ ਜੀ ਹੁਣ ਤੁਹਾਨੂੰ, ਸਿੱਧਾ ਹੀ ਦਿੱਲੀ। ਸੋ ਜੀ, ਪਹੁੰਚ ਗਏ ਹਾਂ ਦਿੱਲੀ, ਸਵੇਰ ਦੇ 5:30 ਹੋ ਚੁੱਕੇ ਹੋਏ ਆ ਅਤੇ ਚੱਲਦੇ ਹਾਂ ਕਮਰੇ ਦੇ ਵਿੱਚ ਜੀ, ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਮਰਾ।
ਸਵੇਰ ਦਾ ਵਕਤ ਹੈ ਜੀ, ਦਰਸ਼ਨ ਦੀਦਾਰੇ ਕਰੋ ਜੀ ਗੁਰਦੁਆਰਾ ਬੰਗਲਾ ਸਾਹਿਬ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਹਿ ਰਿਹਾ ਸੀਗਾ ਚਾਹ ਲੈਣੀ, ਉੱਥੋਂ ਲੈ ਲੈਂਦੇ ਇੱਕ ਇੱਕ ਬਿਸਕਿਟ ਉੱਥੋਂ ਗੱਡੀ 'ਚੋਂ ਖਾ ਲਾਂਗੇ ਪਚਾਹ ਦੇ ਨਾਲ, ਮਾੜਾ ਮਾੜਾ। ਕੀ ਖਿਆਲ ਹੈ ਤੁਹਾਡਾ? ਚਾਹ ਸਵੇਰ ਸਵੇਰੇ ਨਿਰਣੇ ਪੇਟ, ਹੁਣ ਮਤਲਬ ਆਪਸ਼ਨ ਕੋਈ ਨਹੀਂ ਹੈਗੀ, ਮੈਂ ਤਾਂ ਕਹਿ ਰਿਹਾ ਲੇਟ ਵੀ ਆਪਾਂ ਹੋ ਜਾਣਾ। ਉਹ ਬੱਲੇ 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 ਭਾਜੀ ਕਮਾਲ ਕਰ ਛੱਡੀ ਹੈ ਤੁਸੀਂ ਭਾਜੀ ਨੇ, ਕਰ ਛੱਡੀ ਕਮਾਲ, ਹੈਂ ਬੜੇ ਸੋਹਣੇ ਲੱਗਣ ਡੇ ਮਾਰੇ। ਲਓ ਜੀ ਅਮਰਜੀਤ ਭਾਜੀ ਨੇ ਵੀ ਅੱਜ ਪੱਗ ਸਜਾ ਲਈ ਹੈ, ਦਸਤਾਰ ਸਜਾ ਲਈ ਹੈ ਜੀ, ਪੂਰੇ ਟੋਰ ਹੈ ਜੀ। ਮਹਾਰਾਜ ਫਰਕ ਲੱਗ ਰਿਹਾ, ਥੋੜ੍ਹਾ ਰੋਹਬ ਜਾ ਰਿਹਾ। ਹਾਂ ਕਿਆ ਬਾਤ ਹੈ, ਲੱਗਣ ਹੀ ਨਹੀਂ ਡੇ ਸਾਡੇ ਨਾਲ ਇਹੀ ਆਏ ਸੀ ਗੱਲ। ਚਲੋ ਜੀ ਚੱਲਦੇ ਹਾਂ ਜੀ, ਰਾਤੀ ਰੈਸਟ ਸਵੇਰੇ ਪਹੁੰਚੇ ਹਾਂ ਜੀ, ਲਗਭਗ ਸਾਢੇ ਪੰਜ ਵਜੇ ਪਹੁੰਚੇ ਹਾਂ, ਸਾਢੇ ਪੰਜ ਪੌਣੇ ਛੇ, ਹਾਂ 6 ਵਜੇ ਸੁੱਤੇ ਹਾਂ ਅਤੇ 9 ਵਜੇ ਤੱਕ ਸੁੱਤੇ ਹਾਂ 3 ਘੰਟੇ, ਅਤੇ ਰੈਸਟ ਠੀਕ ਠਾਕ ਹੋ ਗਈ। ਚੱਲਦੇ ਹਾਂ ਜੀ, ਲਓ ਜੀ ਨਾਰੀਅਲ ਪਾਣੀ ਪੀਏਂਗੇ, ਵਧੀਆ ਫੀਲਿੰਗ ਆ ਰਹੀ ਹੈ ਦੇਖ ਕੇ। ਹਾਂ ਹਾਂ ਮਲਾਈ ਵੀ ਹੈ ਭਾਜੀ, ਪੀਓਗੇ ਤੁਸੀਂ? ਪੀ ਲਓ, ਠੰਡਾ ਪੀਣਾ ਸਿਮਰਨ ਵਧੀਆ ਹੀ ਹੋਏ ਦੇ ਦੇ। ਪਹੁੰਚ ਗਏ ਹਾਂ ਜੀ ਗੁਰਦੁਆਰਾ ਸਾਹਿਬ, ਸਾਡੇ ਨਾਲ ਗੁਰੂ ਘਰ ਦੇ ਵਜ਼ੀਰ ਸੇਵਾਦਾਰ ਜੀ ਕਰਤਾਰ ਸਿੰਘ ਜੀ ਅਤੇ ਹਰਪ੍ਰੀਤ ਸਿੰਘ ਵੀਰ ਜੀ, ਬਹੁਤ ਪਿਆਰ ਵਾਲੇ, ਬੜੀ ਨਿਮਰਤਾ ਵਾਲੇ, ਅਤੇ ਸਾਨੂੰ ਬਹੁਤ ਅਸੀਸਾਂ ਬਖਸ਼ਿਸ਼ ਕੀਤੀਆਂ ਇਹਨਾਂ ਨੇ, ਬੜਾ ਆਦਰ ਮਾਣ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ। ਬਸ ਕਰਦੇ ਹਾਂ ਕੀਰਤਨ ਦੀ ਆਰੰਭਤਾ। ਜਲੰਧਰ ਵਾਪਸੀ, ਅਤੇ ਥਕਾਵਟ ਹੋ ਗਈ ਹੈ ਕਿਉਂਕਿ 2-2.5 ਘੰਟੇ ਸੁੱਤੇ ਹਾਂ ਰਾਤੀ ਆ ਕੇ ਸਵੇਰੇ ਆ ਕੇ, ਅਤੇ ਪਰ ਹਾਲੇ ਭੁੱਖ ਲੱਗੀ ਹੋਈ ਹੈ, ਰਾਹ 'ਚ ਕੁਛ ਖਾਂਦੇ ਜਾਂਦੇ ਹਾਂ ਪਹਿਲਾਂ ਅਤੇ ਫਿਰ ਆਪਾਂ ਸਿੱਧਾ ਹੀ ਕਰੇ। ਲਓ ਜੀ ਢਾਬਾ ਆ ਗਿਆ ਅਤੇ ਕੁਛ ਛੱਕੀਏ, ਭੁੱਖ ਲੱਗ ਗਈ ਹੈ। 4:52 ਹੋ ਗਏ। ਭਾਜੀ ਨੂੰ ਹੌਲੀ ਹੌਲੀ ਆਪਾਂ ਸਿੰਘ ਸਜਾਣ ਡੇ ਆ, ਸੰਗਤ ਦਾ ਫਰਕ ਤੇ ਪੈਂਦਾ ਥੋੜਾ ਜਿਹਾ, ਹੌਲੀ ਹੌਲੀ ਸੰਗਤ ਵਿੱਚ ਲਿਆ ਕੇ ਇਹਨਾਂ ਨੂੰ ਹੌਲੀ ਹੌਲੀ ਸਿੰਘ ਸਜਾਉਣ ਡੇ ਆ। ਚਲੋ ਜੀ ਛਕਣਾ ਛਕਾਣਾ ਹੋ ਗਿਆ ਹੈ ਜੀ, ਤੇ ਹੁਣ ਅਸੀਂ ਚੱਲੇ ਆ ਜੀ। ਚਲੋ ਭਾਜੀ ਚੱਲੀਏ, ਭਾਜੀ ਨੂੰ ਹੁਣ ਨਵੇਂ ਤਰ੍ਹਾਂ ਦੀ ਪੱਗ ਬਣਤੀ ਆ, ਵਾਹ ਵਾਹ, ਇਹਨੂੰ ਦੇਸੀ ਬਣਾਤਾ, ਕਈ ਤਰ੍ਹਾਂ ਦੇ ਰੰਗ ਬਦਲਨੇ ਇਹਨਾਂ ਨੇ ਹਲੇ। ਚਾਹ ਵਿੱਚ ਕੋਕੋਨਟ ਬਿਸਕਿਟ, ਵਾਹ, ਇੱਕ ਮੈਂ ਡਬੋਤਾ ਵਿੱਚ ਵਿੱਚ ਹੀ ਪਾਤਾ, ਜ਼ਿਆਦਾ ਗਿੱਲਾ ਹੋ ਗਿਆ, ਜ਼ਿਆਦਾ ਵਿੱਚ ਹੀ ਰਹਿ ਗਿਆ ਕੋਕੋਨਟ ਟੀ, ਚਾਹ ਦੇ ਵਿੱਚ ਹੀ ਪਾ ਲਿਆ ਇਹਨੇ ਬਿਸਕਿਟ ਨਾ, ਇਹ ਹੁਣ ਜਾ ਨਹੀਂ ਰਿਹਾ ਦੇਖੋ, ਬਿਸਕਿਟ ਨਾਲ ਤੇ ਉਹ ਕੰਬੀਨੇਸ਼ਨ ਬੜਾ ਅੱਛਾ ਆ ਰਿਹਾ। ਇਹ ਹੈ ਜੀ ਮਯੂਰ ਢਾਬਾ, ਕਿੱਥੇ ਹੈ ਇਹ? ਮੇਰੇ ਖਿਆਲ ਕਰਨਾਲ ਟੱਪ ਕੇ ਹੈ ਭਾਜੀ। ਹਾਂ ਕਰਨਾਲ ਟੱਪ ਕੇ। ਚਲੋ ਜੀ ਚੱਲੇ ਹਾਂ ਜੀ, ਚਾਹ ਪੀ ਕੇ ਵਾਪਸੀ ਤੇ। ਚਲੋ ਜੀ ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ, ਕਰਕਟ ਜਿਨਸੀ ਮਾਇਆ ਜਿਨੂੰ ਪਾਈ, ਕਰਕਟ ਦੇਖਿਆ ਕੀਤਾ ਹੋਣਾ, ਜਿਉਂ ਦਸਦੀ ਵਡਿਆਈ, ਜਿਉਂ ਸੁਭਾਵੈ ਸੋਈ ਕਰਸੀ, ਫਿਰ ਰੁਕ ਨਾ ਕਰਨਾ ਜਾਈ, ਸੋ ਪਾਤਸ਼ਾਹ ਸਾਹਿਬ ਨਾਂ ਤਰਹਿਣ ਰਜਾਈ, ਆਸਾ ਮਹਲਾ ਪਹਿਲਾ।
ਬੰਦਾ ਵੇਖੋ ਜੀ ਇਹ ਕੀ ਕਰੀ ਜਾ ਰਿਹਾ ਵੇਲਿਆਂ ਨੂੰ ਕੰਮ ਕੀ ਅੱਗ ਪੁੱਜੇ ਆਪਣੇ ਹੁਣ ਨਹੀਂ ਬਣਨੀ ਗੂਠੇ ਦੇ ਤਾਂ ਆਪਾਂ ਸਵਾਲ ਲੈਣਾ ਵੇਖੋ ਚੈੱਕ ਕਰੋ ਭਾਜੀ ਇੱਧਰ ਸਾਈਡ ਵਾਲਾ ਲਾਣਾ ਐਨ ਸਾਫ਼ ਹੈ ਭਾਜੀ ਕਿਆ ਬਾਤ ਹੈ ਯਾਰ ਦੇਖੋ ਜਰਾ ਪੰਜ ਲਾੜ ਪੂਰੇ ਮਗਰ ਪੰਜ ਮੀਟਰ ਨਹੀਂ ਹੈਗੀ ਇਹ ਬੰਦਾ ਕੀ ਕਰਦਾ ਯਾਰ ਦਿਖੂਗੀ ਅਸਲੀ ਜਿਹੜਾ ਇਹਦਾ ਫੀਲ ਹੈ ਨਾ ਉਹ ਅਸਲ ਚ ਦੇਖ ਕੇ ਆਣਾ ਪੂਰਾ ਫੋਕਸ ਨਹੀਂ ਵੱਜਣ ਡਿਆ ਚਲੋ ਕੋਈ ਨੀ ਖੈਰ ਚਲੋ ਤੁਸੀਂ ਫੀਲ ਕਰ ਲਓ ਜੀ ਆਪੇ ਨਹੀਂ ਅੰਗੂਠੇ ਤੇ ਮੰਨ ਲੈਂਦਾ ਪੱਗ ਚਲੋ ਜੀ ਪਹੁੰਚ ਗਏ ਹਾਂ ਜੀ ਘਰ ਜਲੰਧਰ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਉਹ ਮੁੰਡਾ ਚੱਲਾ ਇੱਕ ਚਲਾ ਗਿਆ ਜੀ ਚੰਗਾ ਜੀ ਦੇਖੀ ਦੋ ਕੁੱਤੇ ਆ ਰਾਜ ਜਾਣਦੇ ਆ ਚਲੋ ਜੀ ਠੀਕ ਹੈ ਜੀ ਮਿਲਦੇ ਹਾਂ ਬਲੌਗ ਚੰਗਾ ਲੱਗਾ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ